ਬੈਠੇ ਹੋ, ਉਹ ਤੇਰੀ ਜ਼ਿੰਦਗੀ ਹੋਵੇ, ਉਹ ਜੀਂਦੇ ਰਹੋ। ਤਬਦੀਲੀ, ਤਬਦੀਲੀ। ਸ਼ਾਹ ਜੀ ਕਹਿ ਇਮਰਾਨ ਖਾਨ ਸਾਹਿਬ ਨੂੰ ਮੁਖਾਤਿਬ ਕੀਤੇ, ਕਹਿ ਇਵੇਂ ਤਬਦੀਲੀ ਦੇ ਸ਼ੇਰ ਵਧਾਏ ਕਹਿੰਦੇ ਆਖਣ 'ਤੇ ਜਵੇਦ ਸ਼ਾਹ ਦੇ ਆਖਣ 'ਤੇ। ਠੀਕ ਨਹੀਂ ਨਾ ਕਿ ਕਾਜ਼ੀ ਬੰਦੇ ਤਬਦੀਲੀ ਪੜ੍ਹਦੇ ਵਧਣ, ਤੂੰ ਦੱਸ ਬਈ ਤਬਦੀਲੀ ਸ਼ੁਰੂ ਕਿੱਥੋਂ ਹੋਈ? ਹਾਂ ਸ਼ਾਹ ਜੀ ਮੈਂ ਦੱਸਿਆ ਨਾ, ਤਵੱਜੋ ਫਰਮਾਉਣੀ। ਲੋਕਾਂ ਨੇ ਇਮਰਾਨ ਖਾਨ ਸਾਹਿਬ ਨੂੰ ਮੁਖਾਤਿਬ ਕੀਤਾ, ਕਿਸੇ ਨੇ ਨਵਾਜ਼ ਸ਼ਰੀਫ ਸਾਹਿਬ ਨੂੰ ਮੁਖਾਤਿਬ ਕੀਤਾ, ਮੇਰਾ ਕਿਸੇ ਸਿਆਸੀ ਜਮਾਤ ਨਾਲ ਤਾਲਕ ਨਹੀਂ ਹੈ, ਵੀਡੀਓ ਕੈਮਰੇ ਮੌਜੂਦ ਹਨ, ਪੂਰੇ ਮੁਲਕ ਦਾ ਪੂਰੀ ਦੁਨੀਆ 'ਚ ਇਹ ਮਜਲਸ ਦਿਖਾਈ ਜਾ ਰਹੀ। ਉੱਚ ਨੂਰੀ ਗੁਲ ਇਮਾਂ, ਇਹ ਉਹ ਧਰਤੀ ਹੈ ਜਿੱਥੇ ਵੱਡੇ ਵੱਡੇ ਸੁਲਤਾਨ ਪੜ ਗਏ। ਤੁਹਾਡੀ ਹਯਾਤੀ ਹੋਵੇ ਬਸ, ਮੈਂ ਹੁਣ ਇਵੇਂ 8-10 ਮਿੰਟਾਂ ਦਾ ਸਫ਼ਰ ਹੈ ਜਿਹੜਾ ਤੁਹਾਡੇ ਨਾਲ ਰਲ ਕੇ ਕਰਨਾ, ਫਿਰ ਮੈਂ ਜਾਣਾ, ਲੰਬਾ ਸਫ਼ਰ ਹੈ। ਹੁਣ ਮੇਰੇ ਪਾਸ ਲਿਖਾ ਹੈ, ਅੱਲਾ ਵਾਹਿਦ ਦੀ ਕਸਮ ਹੈ, ਨਾ ਮੈਂ ਖਾਨ ਸਾਹਿਬ ਨੂੰ ਮੁਖਾਤਿਬ ਕਰਦਾ, ਮੈਨੂੰ ਜ਼ਰੂਰਤ ਨਹੀਂ। ਉਹ ਸਾਡੇ ਮੁਲਕ ਦੇ ਵਜ਼ੀਰ ਆਜ਼ਮ ਹਨ, ਦੋਵਾਂ ਹੱਥਾਂ ਨਾਲ ਸਲਾਮ ਹੈ। ਅੱਲਾ ਕਰੇ ਸਾਡੇ ਮੁਲਕ ਦੀ ਬਾਦਸ਼ਾਹੀ ਮੇਂ ਹਿਫਾਜ਼ਤ ਫਰਮਾਵੇ, ਮੁਲਕ ਸਾਡਾ ਆਬਾਦ ਅਤੇ ਸ਼ਾਦ ਰਹੇ, ਇਵੇਂ ਮੁਲਕ ਚਲਾਉਣ ਵਾਲੇ ਜੀਂਦੇ ਰਹਿਣ। ਠੀਕ ਹੈ ਨਾ, ਮੈਂ ਮੇਰਾ ਕਿਸੇ ਸਿਆਸੀ ਜਮਾਤ ਨਾਲ ਤਾਲਕ ਨਹੀਂ, ਮੇਰਾ ਇੱਕੋ ਲੀਡਰ ਹੈ ਜਿਹਦਾ ਨਾਂ ਹੁਸੈਨ, ਹਾਏ ਹਾਏ, ਜਿਹਦਾ ਹੱਥ ਨਾ ਉੱਚਾ ਹੋ ਸੀ ਅਰਮਾਨ ਲਖਸੀ। ਤੇਰੀ ਹਯਾਤ ਹੀ ਇਨਸਾਫ ਕੀਤਾ, ਇਨਸਾਫ, ਸਲਾਮਤ ਰਹੋ, ਬੜੀ ਮਿਹਰਬਾਨੀ। ਮੇਰਾ ਇੱਕੋ ਲੀਡਰ ਜਿਹਦਾ ਨਾਮ, ਜਿਹਦਾ ਨਾਮ ਹੁਸੈਨ, ਤੋ ਮੈਨੂੰ ਜ਼ਰੂਰਤ ਨਹੀਂ ਕਿ ਮੈਂ ਪਾਕਿਆਂ ਦੇ ਜ਼ਿਕਰ 'ਚ ਕਿਸੇ ਹੋਰ ਦਾ ਨਾਂ ਚਾਹਵਾਂ, ਕਿਉਂਕਿ ਸੈਯਦ ਬਾਨੀ। ਤੋ ਮੈਂ ਅੱਜ ਦੱਸੇ ਨਾ ਵੀ ਅਸਲ ਤਬਦੀਲੀ ਕਿੱਥੋਂ ਸ਼ੁਰੂ ਹੋਈ, ਜਿਹੜੇ ਜ਼ਾਕਰੀ ਨਾ ਦਿਨ ਨਾ ਬਈ ਇਮਾਮ ਜ਼ਮਾਨਾ ਆਸਿਨ ਤਾਂ ਤਬਦੀਲੀ ਆਸੇ। ਸ਼ਾਹ ਜੀ ਮੈਨੂੰ ਬੜਾ ਅਜੀਬ ਜਿਹਾ ਲੱਗਿਆ, ਮੈਨੂੰ ਇਹ ਗੱਲ ਚੰਗੀਰੀ ਲੱਗੀ, ਮੈਂ ਕਿਹਾ ਨਹੀਂ ਨਹੀਂ, ਉਹ ਵਕਤ ਦਾ ਇਮਾਮ ਹੈ। ਠੀਕ ਹੈ ਨਾ, ਸਾਡਾ ਬਾਦਸ਼ਾਹ ਆਸੀ, ਤਬਦੀਲੀ ਛੋਟਾ ਲਫ਼ਜ਼ ਹੈ, ਤਬਦੀਲੀ ਨਹੀਂ ਆਉਣੀ ਬਲਕਿ ਇਨਕਲਾਬ ਆਣੇ, ਆ ਇਨਕਲਾਬ, ਇਨਕਲਾਬ ਆੜੇ। ਤੋ ਆਓ ਮੈਂ ਦੱਸੇ ਨਾ ਵੀ 1400 ਸਾਲ ਪਹਿਲੇ ਤੂੰ ਤਬਦੀਲੀ ਆ ਚੁੱਕੀ ਹੈ, ਅਤੇ ਕਿਵੇਂ ਆਈ ਹੈ, ਅਤੇ ਤਬਦੀਲੀ ਕਿੱਥੋਂ ਸ਼ੁਰੂ ਹੋਈ ਹੈ, ਸੁਣਾ ਵਾ। ਕਸੀਦਾ ਪੜ੍ਹਾ, ਪੜ੍ਹਾ ਕਸੀਦਾ। ਹਬਸ਼ ਤੂੰ ਆਈਏ ਮੈਂ ਇਹਦਾ ਕਸੀਦਾ ਕਿੱਥੇ ਸੁਣਦੇ ਹੋ? ਮੈਂ ਖਰਜ ਅਸਮਾਨ ਨਾਲ ਲਾ ਦਿੱਤਾ। ਠੀਕ ਹੈ ਨਾ, ਅਦੀਲ ਅਬਾਸ ਹੁਸੈਨ ਅਬਾਸ ਤਰਕੜਾਉਣੇ। ਹਬਸ਼ ਤੂੰ ਆਈਏ ਕੌਣ, ਹਬਸ਼ ਤੂੰ ਆਈਏ ਸੈਦਾ ਦੀ ਜਾਈਏ, ਇਸ ਜਾਈ ਦੀ ਲੋਗੋ ਦੋ ਜਗ ਤੇ ਸ਼ਾਹੀਏ। ਹਬਸ਼ ਤੂੰ ਆਈ, ਸਾਰੇ ਬੋਲੋ ਮਿਲ ਕੇ ਹੈਦਰੀ, ਹੁਣ ਇਰਲੇ ਬੋਲ ਹੈਦਰੀ, ਹੁਣ ਸਾਰੇ ਬੋਲੋ ਨਾਰਾ 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 ਹੈਦਰੀ। ਬੜੀ ਮਿਹਰਬਾਨੀ, ਹੁਣ ਮੇਰੇ ਬਦਰੀਆਂ ਹਬਸ਼ ਤੂੰ ਆਈਏ ਸੈਦਾ ਦੀ ਜਾਈਏ, ਇਸ ਜਾਈ ਦੀ ਲੋਗੋ ਦੋ ਜਗ ਤੇ ਸ਼ਾਹੀਏ। ਹਬਸ਼ ਬਹੁਤ ਬੜੇ ਬਾਦਸ਼ਾਹ ਦੀ ਬੇਟੀ ਆਈ, ਤਖਤ ਬਖਤ ਰਾਜ ਤਾਜ ਛੋੜ ਕੇ ਆਈਏ, ਮਕਾਮ ਕਿਆ ਮਿਲਿਆ, ਮੈਂ ਮੂਨਾ ਤੂੰ ਪਿੱਜ਼ਾ ਇੰਜ ਬਣ ਕੇ ਛਾਈਏ, ਇਹ ਨਾਮ ਪੜਦੀ ਪਈ ਸਲਵਾਤ ਖੁਦਾਈਏ। ਸਾਰੇ ਮਿਲ ਕੇ ਬੋਲ ਹੈਦਰੀ, ਫਿਰ ਬੋਲ ਹੈਦਰੀ, ਮੈਂ ਮੂਨਾ ਤੂੰ ਪਿੱਜ਼ਾ ਇੰਜ ਬਣ ਕੇ ਛਾਈਏ, ਨਾਮ ਇੰਜ ਬਣਦੀ ਪਈ ਸਲਵਾਤ ਖੁਦਾਈਏ, ਮੈਂ ਮੂਨਾ ਤੂੰ ਪਿੱਜ਼ਾ। ਹੁਣ ਮੇਰੇ ਬਾਜ਼ਰੀ ਗਾਇਬ, ਕੋਈ ਤੁਹਾਡੀ ਉਤਸ਼ਰੀ ਨਹੀਂ, ਆਓ ਬੀਬੀ ਦੇ ਨਾਂ ਕਰਾਓ, ਬੀਬੀ ਦੀ ਇੱਜ਼ਤ ਸੁਣੋ, ਅੱਲਾ ਦੇ ਇਨਾਮ ਹੈ ਦਿਲ ਵਿੱਚ ਦੀਨ ਸਲਾਮ, ਅਸਲ ਤੂੰ ਬਾਕਿਰ ਮੌਲਾ ਤਾਈ ਪਾਲੇ ਚਾਰ ਇਮਾਮ ਹੈ। ਸਾਰੇ ਬੋਲੋ ਹੈਦਰੀ, ਪਾਲੇ ਚਾਰ ਇਮਾਮ ਹੈ, ਪਾਲੇ ਚਾਰ ਇਮਾਮ। ਹੁਣ ਮੇਰੇ ਬਾਜ਼ਰੀ ਗਾਇਬ, ਅਗਲੀਆਂ 17 ਉਹ ਪੜ੍ਹਦਾ ਪਈਆਂ, ਕੁਰਾਨ ਦੀ ਕਸਮ ਹੈ, ਜਹਿੰਦੇ ਹੱਥ ਬੱਧੇ ਹੋਏ ਨਾ ਇਨਸ਼ਾਅੱਲਾ ਹੱਥ ਖੁੱਲ ਜਾ ਸਿਰ। ਠੀਕ ਹੈ ਨਾ, ਜਿਹਦਾ ਮੈਂ ਨੌਕਰ ਆਉਂਦਾ 1400 ਸਾਲ ਤੋਂ ਹੱਥ ਖੁੱਲ੍ਹੇ ਹੋਏ,
ਹੁਣ ਮੇਰੇ ਪਾਸੇ ਰਿਕਾਇਬ ਪੂਰੀ ਤਵਜੋ ਫਰਮਾਉਣੀ ਅਗਲੀਆਂ ਸਤਰਾਂ ਸੁਣੋ ਜਗ ਦੇ ਕਦਰ ਸ਼ਨਾਸ ਨੂੰ ਅਰਦੇ ਨਬ ਦੀ ਆਸ ਨੂੰ ਚੁੰਮਦੀ ਰਹੀ ਕੁਰਾਨ ਤਰਾ ਏ ਗਾਜ਼ੀ ਅੱਬਾਸ ਨੂੰ ਹੱਥ ਉੱਚਾ ਕਰਕੇ ਸਾਰੇ ਬੋਲੋ ਹੈਦਰ 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 ਮਿਲ ਗਏ ਨਾਰ ਹੈਦਰੀ ਆਖਰੀ ਸ਼ੇਰ ਜਿਹੜੇ ਲੋਕ ਕਹਿੰਦੇ ਨੇ ਫਿਜ਼ਾ ਜ਼ਈਫ ਹੋ ਗਈ ਚਾਚਾ ਜੀ ਫਿਜ਼ਾ ਜ਼ਈਫ ਹੋ ਗਈ ਆਈ ਉਹਨਾਂ ਲੋਕਾਂ ਨਾਲ ਮੈਂ ਗੱਲ ਕਰਨਾ ਚਾਹੁੰਦਾ ਇਹ ਤਾਂ ਆ ਜਿਓ ਬਈ ਫਿਜ਼ਾ ਜ਼ਈਫ ਹੋ ਗਈ ਆਈ ਫਿਜ਼ਾ ਦੀ ਕਮਰ ਝੁੱਕ ਗਈ ਆਈ ਜ਼ਰਾ ਇਹ ਵੀ ਤਾਂ ਦੱਸਾਓ ਮੋਮਨਾਂ ਨੂੰ ਫਿਜ਼ਾ ਬਹਾਦਰ ਕਿਤਨੀ ਆਈ ਆਏ ਹਾਏ 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 ਹੁਣ ਮੇਰੇ ਬਾਜ਼ਰੀ ਗਾਇਬ ਪੂਰੇ ਪਾਕਿਸਤਾਨ ਦਾ ਮਜਮਾ ਪੂਰੀ ਤਵਜੋ ਫਰਮਾਉਣੀ ਹੈ ਜੋ ਕੁਛ ਮੈਂ ਪੜ੍ਹਿਆ ਇਤਨਾ ਸਮਝ ਵਿੱਚ ਆਇਆ ਹੈ ਇਸ ਤੇ ਰੱਬ ਦਾ ਸਾਇਆ ਹੈ ਹੱਥਾਂ ਨਾਲ ਇਸ ਅਲਮ ਅੱਬਾਸ ਦਾ ਛਾਇਆ ਹੈ ਸਾਰੇ ਬੋਲੋ ਹੈਦਰੀ ਜਿਹਦੇ ਇਤਨੇ ਫਜ਼ਾਇਲ ਹੋ ਮੈਨੂੰ ਉਸੇ ਅਲੀ ਦੀਆਂ ਥੀਆਂ ਰੁਲ ਗਈਆਂ ਖੁਦਾ ਵਾਹਿਦ ਦੀ ਕਸਮ ਗੱਲੂ ਸਾਹਿਬ ਨੇ ਬੀਬੀ ਜ਼ੈਨਬ ਆਲੀਆ ਬਹੁਤ ਆਲਾ ਅੰਦਾਜ਼ ਵਿੱਚ ਪੜ੍ਹੇ ਕਿਆ ਬਾਤ ਹੈ ਸਕਲੈਂਡ ਸਾਹਿਬ ਦੀ ਮੈਂ ਸਲਾਮ ਪੇਸ਼ ਕੀਤਾ ਪਹਿਲੇ ਵੀ ਸਲਾਮਤ ਰਹੋ ਬਸ ਅਗਰ ਮੈਂ ਇੱਕ ਕਸੀਦਾ ਲਿਖਿਆ ਬੀਬੀ ਸੈਣ ਆਲੀਆ ਦੀ ਸ਼ਾਨ ਦਾ ਇਹ ਜਿਤਨੀ ਉਹਨਾਂ ਮਜਲਸ ਪੜ੍ਹੀ ਹੈ ਜਿਤਨੀ ਕੁਰਾਨ ਦੀ ਕਸਮ ਹੈ ਇੱਕ ਘੰਟੇ ਦੀ ਸਵਾ ਘੰਟੇ ਦੀ ਜਿਹੜੀ ਉਹਨਾਂ ਮਜਲਸ ਪੜ੍ਹੀ ਹੈ ਅਗਰ ਮੈਂ ਚਾਹਵਾਂ ਤਾਂ ਮੈਂ 8 ਮਿੰਟਾਂ 'ਚ ਕਸੀਦਾ ਇਹੋ ਪੂਰਾ ਫਜ਼ਾਇਲ ਸੁਣਾ ਚੁਣ ਮੈਂ ਬੀਬੀ ਜ਼ੈਨਬ ਆਲੀਆ 'ਤੇ ਕਸੀਦਾ ਲਿਖਿਆ ਠੀਕ ਹੈ ਨਾ ਔਰ ਇਤਨਾ ਬੜਾ ਕਸੀਦਾ ਇਹ ਤੁਸੀਂ ਹੁਣੇ ਹੁਣੇ ਉਹ ਸੁਣੇ ਹੈ ਨਾ ਮਜ਼ਮੂਨ ਲੇਕਿਨ ਚੂੰਕਿ ਵਕਤ ਨਹੀਂ ਇਸ ਵਾਸਤੇ ਉਹ ਨੈੱਟ 'ਤੇ ਤੁਸੀਂ ਸੁਣ ਸਕਦੇ ਹੋ ਠੀਕ ਹੈ ਨਾ ਮੈਂ ਕਸੀਦਾ ਲਿਖਿਆ ਰਹਿਮਾਨ ਕੀ ਮੌਸਨਾ ਵੀ ਹੈ ਹਾਏ 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 ਰਹਿਮਾਨ ਕੀ ਮੌਸਨਾ ਵੀ ਹੈ ਅੱਲਾ ਵਾਹਿਦ ਦੀ ਕੁਰਾਨ ਕੀ ਮੌਸਨਾ ਵੀ ਹੈ ਤਤਹੀਰ ਔਰ ਸਬਰ ਇਨਾਇਤ ਈਮਾਨ ਕੀ ਮੌਸਨਾ ਵੀ ਹੈ ਵੋ ਜ਼ੈਨਬ ਹੈ ਬਾਪ ਕੀ ਜ਼ੀਨਤ ਹੈ ਰਿਦਾ ਜਿਸ ਕੀ ਸਾਇਆ ਰਹਿਮਤ ਹੈ ਪਹਿਲੇ ਦਿਨ ਹੀ ਜਿਹਦੇ ਸਰ 'ਤੇ ਹਦੀਸ ਕਿਸਾ ਦਾ ਸਾਇਆ ਹੋਵੇ ਉਸ ਸਾਇਆ ਰਹਿਮਤ ਨੂੰ ਜ਼ੈਨਬ ਆਦਿ ਬਸ ਸਾਰਾ ਦੀ ਕਸੀਦੇ ਪੜ੍ਹਾਂ ਸਾਰੀ ਰਾਤ ਕਸੀਦੇ ਪੜ੍ਹਾਂ ਨਾ ਥੱਕਦਾ ਨਾ ਥੱਕਣ ਵਾਲੇ ਪਿਓ ਦਾ ਪੁੱਤਰਾਂ ਲੇਕਿਨ ਜ਼ਾਕਿਰ ਉਹ ਚੰਗਾ ਜਿਹੜਾ ਵਕਤ ਸ਼ਨਾਸ ਹੋਵੇ ਬਸ ਚੂੰਕਿ ਜਵਾਨਾਂ ਦੀ ਹਾਏ ਨਿਕਲੀ ਹੈ ਇੱਕ ਵਹਿਣ ਚਾਹ ਤੁਹਾਡੀ ਨਜ਼ਰ ਕਰਾਂ ਸਿਰਫ 3 ਮਿੰਟਾਂ ਦੇ ਬਾਅਦ 3.5 ਮਿੰਟਾਂ ਦੇ ਬਾਅਦ ਮੈਂਬਰ ਵੀਰਾਵਾਂ ਦੇ ਹਵਾਲੇ ਪੀਤੇ ਮੈਂ ਇੱਥੋਂ ਵੱਡੇ ਜ਼ਾਕਿਰ ਬੈਠੇ ਹੋਏ ਮੈਂ ਤਾਂ ਇਮਾਮ ਰਜ਼ਾਦ ਅੱਜ ਅਦਨਾ ਜੀ ਆ ਨੌਕਰ ਆ ਕੱਲੀ ਸ਼ਾਹ ਜੀ ਸੈਣ ਜ਼ਹਰਾ ਨਹੀਂ ਆਈ ਸਾਡਾ ਇਮਾਨ ਹੈ ਨਾ ਕਿ ਸੁਬਾਹ ਦੀ ਨਮਾਜ਼ ਮਾਂ ਅਤੇ ਧੀ ਉਠਾਈ ਪੜ੍ਹਦੀਆਂ ਜਿੱਥੇ ਜ਼ਿਕਰ ਹੋਵਣਾ ਹੋਵੇ ਠੀਕ ਹੈ ਨਾ ਅਤੇ ਸਜਾਦ ਔਰ ਬਾਕਿਰ ਵੀ ਆਵਾਦ ਹੋ ਸਕਦਾ ਹੈ ਤੇਰੇ ਪਾਕ ਪਾਸੇ ਨਾਲ ਬਾਕਿਰ ਦਾ ਬਾਬਾ ਰੱਤ ਬੈਠਾ ਹੋਣਾ ਹੋਵੇ ਉਹ ਜਵਾਨ ਜ਼ਿੰਦਗੀ ਹੋਵੀ ਜਵਾਨੀ ਸਲਾਮਤ ਰਾਵੀ ਚਾਚਾ ਧੀਆਂ ਦੇ ਪਰਦੇ ਉਮਨੀ ਮੈਂ ਇੱਕ ਵਹਿਣ ਸੁਣੇ ਨਾ ਆਈ ਬੈਠੀ ਅਕਬਰ ਦੀ ਮਾਂ ਆਈ ਬੈਠੀ ਹੈ ਅਸਗਰ ਦੀ ਮਾਂ ਹਰ ਬੀਬੀ ਬੈਠੀ ਹੈ ਲੇਕਿਨ ਅਸਗਰ ਦੀ ਮਾਂ ਧੁੱਪ 'ਤੇ ਬੈਠੀ ਤੇਰੀ ਹਯਾਤੀ ਉਹ ਹਾਏ ਕਰਨ ਵਾਲਾ ਮੈਂ ਨੌਕਰ ਆ ਸੈਣ ਜ਼ਹਰਾ ਆਈ ਬੈਠੀ ਹੈ ਸ਼ਾਹ ਜੀ ਕੱਲੀ ਤੁਹਾਡੀ ਦਾਦੀ ਜ਼ਹਰਾ ਨਹੀਂ ਆਈ ਬੈਠੀ ਉਸ ਪੁੱਤਰ ਨੂੰ ਨਾਲ ਲੈ ਕੇ ਆਈ ਹੈ ਜਿਹਦੇ ਜਨਾਜ਼ੇ 'ਚ ਤੀਰ ਸੁਣਾਵਾ ਮੈਂ ਚੂੰਕਿ ਜਵਾਨਾਂ ਦੀ ਹਾਏ ਨਿਕਲਦੀ ਪਈ ਹੈ ਮੈਂ ਤੁਹਾਡੇ ਹਿੱਸੇ ਦੀ ਮਜਲਸ ਪੜ੍ਹਨਾ ਚਾਹੁੰਦਾ 3 ਮਿੰਟ ਸੁਣਾ ਬਾਬਾ ਪਰਦੇ ਵਿੱਚ ਇਹ ਪੂਰੇ ਮੁਲਕ ਦਾ ਮਜਮਾ ਅਤੇ ਜਵਾਨਾਂ ਦੀ ਹਾਏ ਨਿਕਲੀ ਅੱਲਾ ਕਰੇ ਪਿਓ ਮਾਂ ਨੂੰ ਨਸੀਬ ਹੋਵੋ ਮੁਕੱਦਰ ਹੁਸੈਨ ਦੇ ਅਲੀ ਅਕਬਰ ਦੇ ਖਾਤੂਨ ਦੇ ਚਨ ਕੂਆਂ ਅਕਬਰ ਦੀ ਮੌਤ ਮੁਕਾ ਗਈ
ਡਿੱਡਾ ਸੋਹਣੇ ਪੁੱਤਰ ਕੁਵੈਤ ਗਰਮ ਤੇ ਬੇਵਕਤ ਜ਼ਈਫੀ ਮੈਂ ਨੌਕਰ ਇਹ ਮੌਜੂਦਾ ਇਜ਼ਹਾਰਾ ਦੀ ਰੋਵਣ ਦੇ ਰੋਵਣ ਦੇ ਹੁਸੈਨ ਅੱਬਾਸ ਨੂੰ ਰੋਵਣ ਦੇ ਅਲਾਵਾ ਦੀ ਕਸਮ ਮੇਰੀਆਂ ਮਾਵਾਂ ਬੇੜਾ ਪਰਦੇ ਚੁਰੋ ਕੇ ਗਵਾਈ ਦਿਓ ਅਕਬਰ ਬਹੁ ਸੋਹਣ ਓ ਮੇਰੀਆਂ ਮਾਵਾਂ ਭੈਣਾ ਸੁਗਰਾ ਦਾ ਫਿਰਾ ਬਹੁ ਸੋਹਣ ਸ਼ਜੀ ਤੁਹਾਡੀ ਜਦ ਦਾ ਕਿੱਸਾ ਅਕਬਰ ਜਿਤਨਾ ਸੋਹਣਾ ਉਤਨਾ ਔਖਾ ਲੱਥ ਹੈ ਮੈਨੂੰ ਕਰ ਪਰਦੇਸ ਪਰਦੇ ਚਲ ਉਹ ਅਕਬਰ ਦੀ ਮੌਤ ਮੁਕਾ ਗਈ ਡਿੱਡਾ ਸੋਹਣੇ ਪੁੱਤਰ ਕੁਵੈਤ ਗਰਮ ਤੇ ਬੇਵਕਤ ਜ਼ਈਫੀ ਇਹੋ ਵੇ ਨੌਕਰ ਉਹ ਡਿੱਡਾ ਸੋਹਣੇ ਪੁੱਤਰ ਕੁਵੈਤ ਗਰਮ ਤੇ ਚੁੰਮ ਪੁੱਤਰ ਦੀ ਦਾੜੀ ਆ ਗਰੀਬ ਖੇਬ ਗਾਲ ਜਿਗਰ ਕੂ ਖਾ ਗਈ ਉਹ ਤੇਰੇ ਪੋਤਰੋਂ ਦੇ ਮਾਤਮ ਉਹ ਤੇਰੇ ਪੋਤਰੋਂ ਦੇ ਮੈਂ ਮੋਹਰ ਤੇ ਚੈਂਦਾ ਤੇਰੀ ਲਾਸ਼ ਅੱਜ ਜਾਵਣੀ ਪੈ ਰੋਲੇ ਰੋਲੇ ਹੀ ਹੋਵੇ ਮੈਂ ਨੌਕਰ ਹੱਥ ਨਾ ਜੋੜ ਮੇਰਾ ਬਜ਼ੁਰਗ ਮੈਂ ਨੌਕਰ ਆ ਜ਼ਿੰਦਗੀ ਹੋਵੇ ਤੇਰੀ ਹਯਾਤੀ ਹੋਵੇ ਆ ਚੁੰਮ ਪੁੱਤਰ ਦੀ ਦਾੜੀ ਆ ਗਰੀਬ ਖੇਬ ਗਾਲ ਜਿਗਰ ਕੂ ਖਾ ਗਈ ਉਹ ਤੇਰੇ ਪੁੱਤਰੋਂ ਦੇ ਮੈਂ ਮੋਹਰ ਤੇ ਚੈਂਦਾ ਤੇਰੀ ਲਾਸ਼ ਅੱਜ ਜਾਵੜੀ ਜਵਾਨ ਔਲਾਦ ਵਾਲੇ ਬੈਠੇ ਹੋ ਬਸ ਇੱਕ ਮਿੰਟ ਤੇਰੀ ਹਯਾਤ ਤੇਰੇ ਵਹਿਣਾ ਮਜਬੂਰ ਕੀਤਾ ਮੈਂ ਨੌਕਰ ਤੁਹਾਡੀ ਹਯਾਤੀ ਹੋਵੇ ਸੁਣਾ ਲਵੇ ਕਰ ਛੋੜਾ ਹੈ ਅਧੀਆਂ ਦੇ ਪਰਦੇ ਉਗਲੀ ਚਾਚਾ ਅੱਲਾ ਪੁੱਤਰਾਂ ਦੀ ਹਯਾਤੀ ਕਰੀ ਅੱਲਾ ਕਰੇ ਤੇਰੇ ਪੁੱਤਰ ਜੀ ਦੇ ਰਾਵਣ ਮੁਕੱਦਰ ਹੁਸੈਨ ਦੇ ਅਲੀ ਅਕਬਰ ਦੇ ਜਿਹਨੂੰ ਜਵਾਨੀ ਰਾਸ ਨਹੀਂ ਆਈ ਮੈਂ ਸਾਰੇ ਹੱਥ ਚਾਓ ਹੱਥ ਮੇਰੀਆਂ ਮਾਵਾਂ ਭੈਣਾਂ ਤੁਸੀਂ ਹੱਥ ਚਾਓ ਮੈਂ ਇੱਕ ਦੁਆ ਮੰਗਣਾ ਇਹ ਉਹ ਦਰਬਾਰ ਏ ਜਿੱਥੇ ਦੁਆਵਾਂ ਕਬੂਲ ਹੁੰਦੀਆਂ ਅੱਜ 5 ਰਬੀਓ ਲਵਾਲੇ ਸਾਦਾਤ ਦਾ ਮਜਮਾ ਪੂਰੇ ਪਾਕਿਸਤਾਨ ਦੇ ਜ਼ਵਾਰ ਆਏ ਬੈਠੇ ਹੋ ਦੁਆ ਮੰਗੋ ਗਾਜ਼ੀ ਦੇ ਅਲਮਾਂ ਤੇ ਹੱਥ ਰੱਖ ਕੇ ਇਹ ਦੁਆ ਮੰਗਣਾ ਮੈਂ ਆਦਾ ਮੇਰਾ ਅੱਲਾ ਤੈਨੂੰ ਵਾਸਤਾ ਹੁਸੈਨ ਦੀ ਸ਼ਹਾਦਤ ਤੈਨੂੰ ਵਾਸਤਾ ਅਕਬਰ ਦੀ ਜਵਾਨੀ ਦਾ ਮੈਂ ਦੁਆ ਪਿਆ ਮੰਗਦਾ ਇਹ ਦੁਆ ਏ ਸ਼ਾਲਾ ਪਰਦੇ ਤੇ ਚੁਕਾਏ ਬੁੱਢੜੇ ਪਿਓ ਦਾ ਜਵਾਨ ਪੁੱਤਰ ਨਾ ਮਰੇ ਹਾਏ ਜਵਾਨ ਪੁੱਤਰ ਮਰ ਵਲੇ ਸਰਦ ਪੁਰਸਾ ਜਵਾਨ ਪੁੱਤਰ ਮਰ ਵਜੇ ਪੁੱਤਰ ਦੇ ਸਕਦੀਆਂ ਨੂੰ ਸਦੇ ਦੇ ਅਦੇ ਨੂੰ ਆਖੋ ਮੇਰੇ ਨਾਲ ਬੋਲੇ ਮੈਂ ਨਾ ਬੁੱਢੜਾ ਪਿਓ ਕਰ ਕਰ ਮਾਤਮ ਕਰ ਸਰਦਾ ਪੁਰਸਾ ਇਹਨੂੰ ਮੈਂ ਇਹਨੂੰ ਅੱਗੋ ਮੇਰੇ ਨਾਲ ਬੋਲੇ ਮੈਂ ਨਾ ਬੁੱਢੜਾ ਪਿਓਆ ਟੁਰਨ ਦੀ ਰੋਤ ਮੇਰੀ ਆਈ ਤੁਰਿਆ ਏ ਵੈਦੇ ਸੈਯਦਾ ਦਾ ਆਖਰੀ ਵੇਣ ਜਵੇਦ ਸ਼ਾਹ ਜੀ ਬਾ
अज तक मलकल मौत कहनू नहीं परचाया किवें किवें सुनसे जिन्हें खाता ही मैं तम करने अज तक मलकल मौत कहनू नहीं परचाया चलो पाकिस्तान दा मजमा जेड़े अकबर जीन तू लथे मलकल मौत हुसैन दा मोंडा हलाक या देब हुसैन तेरे अकबर दे वडे अरबा पहले हुसैन तेरे नाने दी शकल ले दे वडे अरबा मौला पंथ पाक तेरी खिदर जो उमरा करे बुजुर्गों की कदर इज्जत करन नहीं ये हुन जनाब दे सामने सैयदुल जाकरी मुसबेरे गम किबला सैयद हसनैन मंदूर शाह आप लिया मैं सैयदजादेदार निका जहा तारुफ करावा चाह मेरे वास्ते बहुत बड़ा मकाम है क्योंकि सैयद का इज्जत करना एहतराम करना ये मरहूम मकबूल बाबा सैयद करम हुसैन शाह साहब डंडे मार साढ़े कच्छी दा सुल्तान।